ਹੈਲੋ ਹਾਂਜੀ ਕੌਣ ਜੀ? ਮੈਂ ਤੇਰਾ ਪਾਪਾ ਹੈਂ ਤੇਰਾ ਪਾਪਾ ਖਾਲਿਸਤਾਨੀ ਅਮਰਪਾਲ ਸਿੰਘ ਦਤਰਾ ਕੌਣ ਅਮਰਪਾਲ ਸਿੰਘ ਦਤਰਾ ਦੱਸੋ ਜੀ ਦੱਸੋ ਮਹਾਂ ਗੱਲ ਕਰੀਏ ਬੰਦੇ ਨੂੰ ਯਾਦ ਹੈਂ ਫਾਲਤੂ ਬਕਵਾਸ ਨੀ ਕਰਨੀ ਸਮਝ ਗਿਆ ਜੋਤੀਆਂ ਬਹੁਤ ਵੱਜਣੀਆਂ ਬਕਵਾਸ ਕੀਤੀ ਸਮਝ ਗਿਆ ਫਾਲਤੂ ਬਕਵਾਸ ਨੀ ਕਰਨੀ ਮੈਨੂੰ ਤਾਂ ਲੱਗਦਾ ਤੇਰੀ ਬੁੜੀ ਲੈ ਘੁੰਮਦਾ ਹੋਣਾ ਉਹ ਕੀ ਚਲੋ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਕਾ ਆਸ਼ੀਰਵਾਦ ਸਦਾ ਸਭ ਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸਭ ਪਰ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ ਹਿੰਦੂ ਜੱਟ ਅਮਿਤ ਅਰੋੜਾ ਸ਼ੇਰ ਦੋਸਤੋ ਚੁਣਾਵ ਹਜੇ ਕੱਲ੍ਹ ਹੀ ਖਤਮ ਹੋਏ ਹੈ ਰਿਜ਼ਲਟ ਆਇਆ ਹੈ ਜਿਹਦੇ ਵਿੱਚ ਤੁਸੀਂ ਦੇਖਿਆ ਕਿ ਪੰਜਾਬ ਦੀ ਦੋ ਸੀਟਾਂ 'ਤੇ ਕੱਟੜਵਾਦੀ ਜਿਹੜੇ ਖਾਲਿਸਤਾਨੀ ਉਹ ਜਿੱਤੇ ਨੇ ਮਤਲਬ ਦੋਸਤੋ ਇੱਕ ਚੀਜ਼ ਦੇਖੋ ਕਿ ਉਹ ਜਿੱਤੇ ਕੱਲ੍ਹ ਨੇ ਔਰ ਅੱਜ ਫੋਨ ਦੇ ਉੱਤੇ ਉਹਨਾਂ ਦੇ ਬੰਦੇ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਕਿ ਅਮਿਤ ਅਰੋੜਾ ਤੇਰੇ ਗੋਲੀ ਮਾਰ ਦੇਣੀ ਹੈ ਅਮਿਤ ਅਰੋੜਾ ਬਚ ਕੇ ਰਹਿ ਸਾਡੇ ਤੋਂ ਸਾਡਾ ਅੰਮ੍ਰਿਤਪਾਲ ਜਿੱਤ ਗਿਆ ਮਤਲਬ ਦੇਖੋ ਦੋਸਤੋ ਕਿ ਪੰਜਾਬ ਦਾ ਮਾਹੌਲ ਕਿੱਧਰ ਜਾ ਰਿਹਾ ਹੈ ਮੈਂ ਇੱਕ ਹਿੰਦੂ ਹਾਂ ਕੱਟੜ ਹਿੰਦੂ ਮੈਨੂੰ ਆਪਣੇ ਦੇਸ਼ ਆਪਣੇ ਵਤਨ ਆਪਣੇ ਪੰਜਾਬ ਨਾਲ ਪਿਆਰ ਹੈ ਜਿਹੜੇ ਮੈਨੂੰ ਫੋਨ ਕਰ ਕਰਕੇ ਬਾਰ ਬਾਰ ਗਿੱਦੜ ਧਮਕੀਆਂ ਦਿੰਦੇ ਆ ਨਾ ਇੱਕ ਚੀਜ਼ ਹੈ ਸ਼ੇਰ ਉਹਨਾਂ ਨੂੰ ਕਹਿੰਦਾ ਹੈ ਕਿ ਪਿੱਠ ਪਿੱਛੇ ਤੁਸੀਂ ਹਮਲੇ ਕਰਨ ਵਾਲੇ ਲੋਕ ਹੋ ਜਿਵੇਂ ਹੁਣ ਤੁਸੀਂ ਦੇਖਿਆ ਕਿ ਇੱਕ ਸਕਰੀਨਸ਼ੋਟ ਮੈਂ ਨੰਬਰ ਤੁਹਾਨੂੰ ਵੀ ਪਾਊਂਗਾ ਉਹ ਤੁਸੀਂ ਦੇਖਣਾ ਕਿ ਕਹਿੰਦਾ ਮੈਂ ਅੰਮ੍ਰਿਤਪਾਲ ਦਾ ਭਰਾ ਬੋਲਦਾ ਅਰੋੜਾ ਅੰਮ੍ਰਿਤਪਾਲ ਦਾ ਭਰਾ ਬੋਲਦਾ ਤੇਰੇ ਗੋਲੀਆਂ ਮਾਰਨੀਆਂ ਤੈਨੂੰ ਮਾਰ ਦੇਣਾ ਇੱਦਾਂ ਮੈਨੂੰ ਫੋਨ ਦੇ ਉੱਤੇ ਧਮਕੀਆਂ ਦੇ ਰਿਹਾ ਸੀ ਉਹ ਗਿੱਦੜੋ ਮੈਂ ਇੱਕ ਚੀਜ਼ ਕਹੂੰਗਾ ਇਹ ਉਹ ਹਿੰਦੂ ਕੱਟਰ ਸ਼ੇਰ ਹੈ ਜਿਹੜਾ ਕਿਸੇ ਤੋਂ ਡਰਦਾ ਨਹੀਂ ਹਜੇ ਦਿਨੋ ਦਿਨ ਜਿੱਤੇ ਹਜੇ ਦੋ ਦਿਨ ਹੋਏ ਆ ਦੋਸਤੋ ਕਿ ਇਹ ਲੋਕਾਂ ਨੇ ਪੰਜਾਬ ਦੇ ਵਿੱਚ ਆਪਣੇ ਰੰਗ ਲਿਆਉਣੇ ਸ਼ੁਰੂ ਕਰਤੇ ਨੇ ਲਗਾਤਾਰ ਲੱਖਾਂ ਫੋਨ ਲਗਾਤਾਰ ਵੱਜ ਰਿਹਾ ਫੋਨ ਧੜਾ ਧੜ ਵੱਜ ਰਹੇ ਨੇ ਇੰਨੇ ਨੰਬਰ ਤੋਂ ਫੋਨ ਆ ਰਹੇ ਨੇ ਕਿ ਅੰਮ੍ਰਿਤ ਅਰੋੜਾ ਤੈਨੂੰ ਮਾਰ ਦੇਣਾ ਜਿਹਦੇ ਨਾਲ ਠਾਕੁਰ ਜੀ ਦੀ ਕਿਰਪਾ ਹੋਵੇ ਬਾਂਕੇ ਪਿਆਰ ਦੀ ਕਿਰਪਾ ਹੋਵੇ ਉਹ ਨਹੀਂ ਡਰਦਾ ਉਹ ਮੂਰਖੋ ਉਹ ਨਹੀਂ ਡਰਦਾ ਆ ਸ਼ੇਰ ਹੈ ਸ਼ੇਰ ਪੰਜਾਬ 'ਚ ਰਹਿੰਦਾ ਔਰ ਸ਼ੇਰਾਂ ਵਾਂਗੂ ਜਿੰਦਾ ਤੁਹਾਡੀ ਗਿੱਦੜ ਧਮਕੀਆਂ ਤੋਂ ਨਹੀਂ ਡਰਦਾ ਜਦੋਂ ਮਰਜ਼ੀ ਤੁਸੀਂ ਆਪਣਾ ਵਹਿਮ ਕੱਢਣਾ ਹੋਵੇ ਨਾ ਜਦੋਂ ਮਰਜ਼ੀ ਕੱਢ ਲਿਓ ਆ ਸ਼ੇਰ ਨੂੰ ਸਿੱਧਾ ਬੁਲਾ ਕੇ ਆ ਗਿੱਦੜ ਧਮਕੀਆਂ ਦੋ ਜੈ ਸ਼੍ਰੀ ਕ੍ਰਿਸ਼ਨ Subscribe to One India channel and never miss an update.